ਅੱਛਾ ਵੀਰੋ ਕਿਤੇ ਤਾਂ ਆਬਾਦੀ ਤੇ ਕੰਟਰੋਲ ਨਹੀਂ ਹੋ ਪਾਰਿਆ ਤੇ ਕਿਤੇ ਜਿਹੜੀ ਆ ਇਹ ਸਮੱਸਿਆ ਬਣੀ ਹੋਈ ਆ ਘਟਾਵਾਦੀ ਦੀ ਸੋ ਅੱਜ ਗੱਲ ਕਰਨ ਜਾ ਰਹੇ ਆ ਜਪਾਨ ਦੇ ਬਾਰੇ ਜਪਾਨ ਦੇ ਵਿੱਚ ਬੱਚੇ ਪੈਦਾ ਕਰਨ ਦੇ ਉੱਪਰ ਜਿਹੜਾ ਉਹ ਸਰਕਾਰ ਦੇ ਵੱਲੋਂ ਜ਼ੋਰ ਦਿੱਤਾ ਜਾ ਰਿਹਾ ਆ ਉੱਥੋਂ ਦੇ ਪ੍ਰਾਈਮ ਮਿਨਿਸਟਰ ਕਿਸ਼ੀਦਾ ਜਿਹੜੇ ਆ ਉਹਨਾਂ ਨੇ ਕਿਹਾ ਆ ਕਿ ਅਭੀ ਨਹੀਂ ਤਾਂ ਕਦੇ ਨਹੀਂ ਹੁਣ ਨਹੀਂ ਤਾਂ ਕਦੇ ਨਹੀਂ 2022 ਦੇ ਵਿੱਚ ਜਨਮ ਦਰ ਜਿਹੜੀ ਆ ਉਹ ਸਭ ਤੋਂ ਘੱਟ ਹੋਈ ਤੋ ਤੜਿਆ ਗਿਆ ਇੰਨੀ ਇੰਟਰਸਟਿੰਗ ਗੱਲਾਂ ਇਸ ਵੀਡੀਓ ਦੇ ਵਿੱਚ ਕਰਦੇ ਆ ਜਪਾਨ ਦੇ ਵਿੱਚ ਜਿਹੜੀ ਘਟਦੀ ਹੋਈ ਆਬਾਦੀ ਆ ਉਹ ਸਭ ਤੋਂ ਵੱਡੀ ਜਿਹੜੀ ਉਹ ਪ੍ਰੋਬਲਮ ਬਣੀ ਹੋਈ ਆ ਪ੍ਰਧਾਨ ਮੰਤਰੀ ਫੂਬਿਓ ਕਿਸ਼ੇਦਾ ਜਿਹੜੇ ਆ ਉਹਨਾਂ ਨੇ ਸੋਮਵਾਰ ਨੂੰ ਕਿਹਾ ਕਿ ਸਭ ਤੋਂ ਪੁਰਾਣੀ ਸਭਿਅਤਾ ਜਿਹੜੀ ਆ ਉਹਦੇ ਵਿੱਚੋਂ ਇੱਕ ਜਪਾਨ ਦੀ ਜਿਹੜੀ ਸਭਿਅਤਾ ਦੇ ਲਈ ਹੁਣ ਜਿਹੜੇ ਆ ਉਹ ਅਭੀ ਨਹੀਂ ਤਾਂ ਕਦੇ ਨਹੀਂ ਵਾਲੇ ਜਿਹੜੇ ਉਹ ਹਾਲਾਤ ਬਣੇ ਹੋਏ ਆ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਜਿਹੜੇ ਆ ਉਹ ਕਦਮ ਜਿਹੜੇ ਆ ਉਹ ਉਠਾਣੇ ਪੈਣੇ ਆ ਫਿਲਹਾਲ ਜਿਹੜੀ ਜਾਪਾਨ ਦੀ ਆਬਾਦੀ ਉਹ 12.5 ਕਰੋੜ ਸੋ ਜਾਪਾਨ ਜਿਹੜਾ ਆ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹ ਆਪਣੇ ਨਾਗਰਿਕਾਂ ਨੂੰ ਬੱਚੇ ਪੈਦਾ ਕਰਨ ਦੇ ਲਈ ਜਿਹੜਾ ਉਹ ਪ੍ਰੋਤਸਾਹਿਤ ਕਰਦਾ ਆ ਹੱਲਾਸ਼ੇਰੀ ਦੰਦਾ ਆ ਉਹਨਾਂ ਨੂੰ ਨਕਦ ਬੋਨਸ ਵੀ ਦਿੱਤਾ ਜਾਂਦਾ ਆ ਲੇਕਿਨ ਜੇਕਰ ਅਸੀਂ ਸਰਵੇਖੀ ਦੇਖੀਏ ਦੁਨੀਆ ਦੇ ਤਾਂ ਜਾਪਾਨ ਜਿਹੜਾ ਆ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਇੱਕ ਐਸਾ ਮੋਲਕਾ ਜਿੱਥੇ ਕਿ ਬੱਚੇ ਪੈਦਾ ਕਰਕੇ ਉੱਥੇ ਜਿਹੜਾ ਉਹ ਖਰਚਾ ਕਰਨਾ ਜਿਹੜੇ ਉੱਥੋਂ ਦੇ ਪੇਰੈਂਟਸ ਆ ਉਹਨਾਂ ਦੇ ਲਈ ਬਹੁਤ ਔਖਾ ਆ ਇਸ ਕਰਕੇ ਜਿਹੜੇ ਬੱਚੇ ਆ ਉੱਥੇ ਕਪਲਸ ਜਿਹੜੇ ਆ ਉਹ ਘੱਟ ਪੈਦਾ ਕਰਦੇ ਆ ਸੋ ਸਭ ਤੋਂ ਘੱਟ ਜਨਮ ਦਾ ਜਿਹੜਾ ਰਿਕਾਰਡ ਟੁੱਟਿਆ ਆ ਜਿਹੜੀ ਰਿਪੋਰਟ ਆ ਰਹੀ ਉਹਦੇ ਮੁਤਾਬਕ ਜਪਾਨ ਦੇ ਵਿੱਚ 2022 ਦੇ ਵਿੱਚ 8 ਲੱਖ ਤੋਂ ਘੱਟ ਬੱਚੇ ਲਗਭਗ 7,73,000 ਬੱਚੇ ਪੈਦਾ ਹੋਏ ਜੋ ਕਿ ਜਪਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਆ ਪਹਿਲਾਂ ਇੰਦਾ ਜਿਹੜਾ ਉਹ ਕਦੀ ਨਹੀਂ ਹੋਇਆ ਸੋ ਹੁਣ ਇਹ ਵੀ ਕਿਹਾ ਹੈ ਕਿ ਚਾਈਲਡ ਪਾਲਸੀ ਦਾ ਬਜਟ ਜਿਹੜਾ ਆ ਉਹ ਸਰਕਾਰ ਦੁੱਗਣਾ ਕਰੇਗੀ ਜਾਪਾਨ ਦੇ ਵਿੱਚ ਬੱਚੇ ਪੈਦਾ ਕਰਨ ਦੇ ਉੱਪਰ 3 ਲੱਖ ਰੁਪਏ ਜਿਹੜਾ ਉਹ ਜਾਪਾਨ ਦੀ ਗਵਰਨਮੈਂਟ ਵੱਲੋਂ ਦਿੱਤਾ ਜਾਏਗਾ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਵਿਆਹ ਕਰਵਾਉਂਦੇ ਆ ਉਹਨਾਂ ਨੂੰ ਵੀ ਜਿਹੜੀ ਉਹ ਆਰਥਿਕ ਮਦਦ ਕਰਦੀ ਆ ਜਾਪਾਨ ਦੀ ਸਰਕਾਰ ਸੋ ਬੱਚੇ ਪਾਲਣ ਦੇ ਵਿੱਚ ਤੀਸਰਾ ਦੁਨੀਆ ਦਾ ਸਭ ਤੋਂ ਮਹਿੰਗਾ ਜਿਹੜਾ ਉਹ ਦੇਸ਼ ਆ ਤੇ ਪਹਿਲੇ ਨੰਬਰ ਤੇ ਚੀਨ ਤੇ ਦੂਸਰੇ ਤੇ ਜਿਹੜਾ ਉਹ ਸਾਊਥ ਕੋਰੀਆ ਆ ਰਿਹਾ ਆ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਚਾਈਨਾ ਦੇ ਵਿੱਚ ਵੀ ਪਿਛਲੇ 60-16 ਦਾ ਰਿਕਾਰਡ ਟੁੱਟਿਆ ਆ ਤੇ ਉੱਥੇ ਵੀ ਆਬਾਦੀ ਜਿਹੜੀ ਆ ਉਹ ਘਟੀ ਆ ਸੋ ਉਮੀਦ ਇਹੀ ਕਰਦੇ ਆ ਕਿ ਜਿਹੜੀ ਸਰਕਾਰ ਆ ਉਹ ਚੰਗੇ ਕਦਮ ਉਠਾਏਗੀ ਜਾਪਾਨ ਦੀ ਤੇ ਜਿਹੜਾ ਉਹ ਬੈਲੈਂਸ ਆ ਉਹਨੂੰ ਬਰਕਰਾਰ ਰੱਖੇਗੀ। ਬਾਕੀ ਐਡਾ ਦੀ ਇੰਟਰਸਟਿੰਗ ਚੀਜ਼ਾਂ ਸੁਣਾਉਣ ਦੇ ਲਈ ਤੁਸੀਂ ਮੇਰਾ ਚੈਨਲ ਦੀਪਕ ਅੰਪੈਰਸ YouTube ਦੇ ਉੱਪਰ, Facebook ਪੇਜ ਦੀਪਕ ਅੰਪੈਰਸ ਜਾਂ ਫਿਰ TikTok ਦੇ ਉੱਪਰ ਦੀਪਕ ਅੰਪੈਰਸ ਤੁਸੀਂ ਮੈਨੂੰ ਫੋਲੋ ਕਰ ਸਕਦੇ ਆ। ਖੁਸ਼ ਰਹੋ। ਤਦ ਤੱਕ